ਮੁੰਡਾ ਕਹਿੰਦੇ ਬਰਫ਼ ਤੇ ਲਾਤਾ ਹਾਂ ਫਿਰ ਮੈਂ 15 ਮਿੰਟ ਦੀ ਬ੍ਰੇਕ ਆਵੇ ਮਾੜਾ ਔਖਾ ਪੰਗਾ ਲੈ ਲਿਆ ਵੀ ਬਾਹਰ ਆਣ ਵਾਲਾ ਉਹ ਕਹਿੰਦੇ ਯਾਰ ਚੀਜ਼ ਮਿਲੀ ਆ ਚੀਜ਼ ਹਾਂਜੀ ਸਤਿ ਸ਼੍ਰੀ ਅਕਾਲ ਹੋਪ ਕਿ ਸਾਰੇ ਵਧੀਆ ਹੋਣਗੇ ਤੁਹਾਡਾ ਸਾਰਿਆਂ ਦਾ ਵੈਲਕਮ ਕਰਦੇ ਹਾਂ ਤੁਹਾਡੇ ਆਪਣੇ ਯੂਟਿਊਬ ਚੈਨਲ 'ਤੇ ਅੱਜ ਆ ਫਰਾਈਡੇ ਅੱਜ ਆਪਣਾ ਪਹਿਲਾ ਦਿਨ ਸ਼ਿਫਟ ਦਾ ਅਤੇ ਮਹਾਰਾਜ ਦੀ ਕਿਰਪਾ ਨਾਲ ਆਪਾਂ ਨੂੰ ਕੰਮ ਮਿਲ ਗਿਆ ਬਹੁਤ ਵਧੀਆ ਬਟ 2 ਦਿਨ ਦਾ ਮਿਲਿਆ ਜਿਵੇਂ ਕਿ ਤੁਹਾਨੂੰ ਪਤਾ ਸਟੂਡੈਂਟਸ ਨੂੰ ਉੱਥੇ ਸੀਨ ਨੰਬਰ 'ਤੇ ਹੀ ਮਿਲਦਾ ਵਾ ਤਾਂ ਕਰਕੇ ਅਤੇ ਜਾਣਾ ਵਾ ਅੱਜ ਆਪਾਂ 3 ਵਜੇ ਸ਼ਿਫਟ ਸਟਾਰਟ ਆ ਹੁਣ 1 ਵਜੇ ਆ ਉਬਰ ਕਰਾਉਣੀ ਪੈਣੀ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਪਹਿਲੇ ਸੋਚਿਆ ਅਸੀਂ ਮੈਟਰੋ 'ਤੇ ਚੱਲ ਜਾਵਾਂਗੇ ਪਰ ਮੈਟਰੋ 'ਤੇ ਨਹੀਂ ਜਾਣਾ ਟਾਈਮ ਬਹੁਤ ਲੱਗ ਜੂਗਾ ਤਾਂ ਫਿਰ ਉਬਰ ਕਰਾਵਾਂਗੇ ਅਤੇ ਫਿਰ ਜਾਵਾਂਗੇ ਕੰਮ 'ਤੇ ਐਕਸਪੀਰੀਅੰਸ ਤੁਹਾਨੂੰ ਸ਼ੋਅ ਕਰਾਂਗੇ ਜਾ ਕੇ ਦੇਖਦੇ ਹਾਂ ਉੱਥੇ ਆਪਾਂ ਕੀ ਕੰਮ ਆ ਅਤੇ 8 ਘੰਟੇ ਦੀ ਆਪਣੀ ਸ਼ਿਫਟ ਆ ਮੀਂਹ ਬਹੁਤ ਤੇਜ਼ ਪੈ ਰਿਹਾ ਦੇਖੋ ਮੌਸਮ ਬਹੁਤ ਵਧੀਆ ਹੋਇਆ ਪਿਆ ਸੇਫਟੀ ਸ਼ੂਜ਼ ਲੈਣੇ ਸੀਗੇ ਕੱਲ੍ਹ ਉਹ ਵੀ ਮੈਂ ਲੈ ਆਇਆ ਸੀ ਕਾਹਲੀ ਜਦੋਂ ਵਲੋਗ ਵੀ ਨਹੀਂ ਬਣਾ ਸਕਿਆ ਪਰ ਉਹ ਵੀ ਮੈਂ ਤੁਹਾਨੂੰ ਦਿਖਾਉਣਾ ਵਾਂ ਅਤੇ ਹੁਣ ਮੈਂ ਕੁਛ ਖਾਣ ਪੀਣ ਨੂੰ ਲੈਣ ਵਾਸਤੇ ਚੱਲਿਆ ਸੀ ਗਰੋਸਰੀ ਮੈਂ ਹਾਲੇ ਪਾਈ ਨਹੀਂ ਥੋੜ੍ਹਾ ਜਿਹਾ ਸਿਸਟਮ ਨਹੀਂ ਸੀ ਸਹੀ ਆ ਰਿਹਾ ਰੋਟੀ ਬਣਾਉਣ ਦਾ ਮੇਰਾ ਤਾਂ ਕਰਕੇ ਕੁਛ ਖਾ ਪੀ ਆਈਏ ਅਤੇ ਕੁਛ ਲੈ ਜਾਈਏ ਨਾਲ ਨੂੰ ਕਿਉਂਕਿ 8 ਘੰਟੇ ਸ਼ਿਫਟ ਪਹਿਲਾ ਐਕਸਪੀਰੀਅੰਸ ਹੋਵੇਗਾ ਮੇਰਾ ਇੰਨਾ ਕੰਮ ਤਾਂ ਮੈਂ ਕਦੀ ਕੀਤਾ ਹੀ ਨਹੀਂਗਾ 8 ਘੰਟੇ ਕੀ ਮੈਂ ਕਦੀ 4 ਘੰਟੇ ਨਹੀਂ ਕੀਤਾ ਕੰਮ ਦੁਕਾਨ 'ਤੇ ਲਗਾਤਾਰ ਤਾਂ ਕਰਕੇ ਖਾਣ ਦਾ ਕੁਛ ਲਿਜਾਣਾ ਹੀ ਪਊਗਾ ਆਪਾਂ ਨੂੰ ਫਿਰ ਇੱਥੇ ਸ਼ੋਪ ਆ ਨੇੜੇ ਉਹ ਆਪਾਂ ਲੈ ਆਉਂਦੇ ਹਾਂ ਅਤੇ ਫਿਰ ਆਪਾਂ ਦੁਬਾਰਾ ਘਰ ਨੂੰ ਆਉਂਦੇ ਹਾਂ ਮੀਂਹ ਬਹੁਤ ਤੇਜ਼ ਪੈ ਰਿਹਾ ਆਪਣੇ ਘਰ ਦੇ ਕੋਲ ਹੀ ਸਕੂਲ ਆ ਇੱਕ ਉਹ ਸੀ ਅਤੇ ਇੱਧਰ ਆ ਗਰੋਸਰੀ ਸਟੋਰ ਆ ਲਿਆ ਆਪਾਂ ਖਾਣ ਨੂੰ ਬਾਕੀ ਸਾਰਾ ਨੋਨ ਵੈਜ ਸੀਗਾ ਇੱਥੇ ਸਾਰਾ ਕੁਛ ਨੋਨ ਵੈਜ ਹੀ ਸੀਗਾ ਉੱਥੇ ਸ਼ੋਪ 'ਤੇ ਇੱਕ ਪੀਜ਼ਾ ਸੀਗਾ ਟਮੈਟੋ ਪੀਜ਼ਾ ਉਹ ਮੈਂ ਪਹਿਲੇ ਖਾਧਾ ਸੀਗਾ ਉਹ ਮੈਨੂੰ ਬਿਲਕੁਲ ਹੀ ਵਧੀਆ ਲੱਗਿਆ ਤਾਂ ਫਿਰ ਮੈਂ ਚੀਟੋਸ ਵਗੈਰਾ ਲਿਆ ਆ ਇੱਕ ਡਿਊ ਲਿਆ ਆ ਚਲੋ ਕੁਛ ਤਾਂ ਖਾਣਾ ਹੀ ਪਊਗਾ ਯਾਰ ਰੋਟੀ ਪਾਣੀ ਦਾ ਸੂਟ ਨਹੀਂ ਆਇਆ ਇੱਥੇ ਅਤੇ ਉਹ ਵੀ ਮੈਂ ਹੁਣ ਟੀਫਨ ਲਵਾ ਲੈਣਾ ਵਾ ਜੋ ਕੱਲ੍ਹ ਤੋਂ ਸ਼ੁਰੂ ਹੋ ਜਾਏਗਾ ਬਟ ਅੱਜ ਬਹੁਤ ਕੰਪਲੀਕੇਟਡ ਦਿਨ ਹੋਏਗਾ ਉੱਥੇ ਜਾ ਕੇ ਮੈਂ ਦੇਖਾਂਗਾ ਜੀ ਵੀਡੀਓ ਬਣਾਉਣ ਦਿੱਤੀ ਚੋਰੀ ਚੋਰੀ ਵਲੋਗ ਬਣਾਵਾਂਗੇ ਸਾਰਾ ਉੱਥੇ ਤਾਂ ਫਿਰ ਹੁਣ ਘਰ ਜਾ ਰਿਹਾ ਵਾਂ ਅਤੇ ਖਾ ਪੀ ਕੇ ਕੁਛ ਫਿਰ ਉਬਰ ਕਰਾ ਕੇ ਨਿਕਲਦੇ ਹਾਂ ਆਪਾਂ ਕੰਮ ਵੱਲ ਆਲਸ ਲਿਆਂਦੇ ਸੀਗੇ ਮੈਂ $91 ਸੀਗੇ ਹਾਂਜੀ 2:30 ਵੱਜ ਚੁੱਕੇ ਆ ਅਤੇ ਹੁਣ ਆਪਾਂ ਚੱਲੇ ਹਾਂ ਉਬਰ ਕਰਾਤੀ ਆ 5 ਮਿੰਟ 'ਚ ਆਪਣੇ ਕੋਲ ਪਹੁੰਚ ਜਾਣੀ ਆ ਤਿਆਰੀ ਪੂਰੀ ਆ ਆਪਣੀ ਜਾਣ ਦੀ ਅਤੇ ਮੈਂ ਅਤੇ ਆਸ਼ੂ ਵੀਰਾ ਚੱਲੇ ਹਾਂ ਬੜਾ ਵੀਰਾ ਹਾਂਜੀ ਠੀਕ ਠਾਕ ਜੀ ਚੱਲਿਆ ਜੀ ਕੰਮ 'ਤੇ ਪਈ ਜਾਂਦਾ ਪਰ ਕਨੇਡਾ ਤੁਹਾਨੂੰ ਪਤਾ ਇੱਥੇ ਤਾਂ ਕੰਮ ਕਰਨਾ ਹੀ ਪੈਂਦਾ ਹਾਂਜੀ ਵਧੀਆ ਮੌਸਮ ਹੈ ਕਰਦੇ ਕੰਮ 'ਤੇ ਆਉਣ ਵਾਲਾ ਬਾਈ ਬਸ ਆ ਗਿਆ ਚੱਲੇ ਹਾਂ ਬਾਈ ਓਕੇ ਲਓ ਜੀ ਉਬਰ ਆ ਚੁੱਕੀ ਆਪਣੀ ਫਿਰ ਕੰਮ 'ਤੇ ਪਹੁੰਚਦੇ ਹਾਂ ਆਪਾਂ ਓਕੇ ਬਾਏ ਪਹੁੰਚ ਗਏ ਆਪਾਂ ਮੱਠਾ ਮੱਠਾ ਮੀਂਹ ਪੈ ਰਿਹਾ ਅਤੇ 3 ਵਜੇ ਸ਼ਿਫਟ ਸ਼ੁਰੂ ਆ 3 ਵਜੇ ਤੋਂ ਲੈ ਕੇ 11 ਵਜੇ ਤੱਕ ਡਰਾਈਵ ਤਾਂ ਇੱਥੋਂ 25 ਮਿੰਟ ਦੀ ਆ ਸਾਰੀ ਬਟ ਮੈਟਰੋ 'ਤੇ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ 1.5 ਘੰਟਾ ਖਰਾਬ ਹੋ ਜਾਂਦਾ 1.5 ਤੋਂ 2 ਘੰਟੇ ਤਾਂ ਫਿਰ ਅੰਦਰ ਜਾਂਦੇ ਹਾਂ ਹੁਣ ਚੈੱਕ ਇਨ ਕਰਦੇ ਹਾਂ ਅਤੇ ਕਰਦੇ ਹਾਂ ਆਪਣੀ ਸ਼ਿਫਟ ਸ਼ੁਰੂ ਫਿਰ ਤੁਹਾਨੂੰ ਮਿਲਦੇ ਹਾਂ ਥੋੜ੍ਹੇ ਟਾਈਮ ਤੱਕ
ਅੰਦਰੋਂ ਗਿਆ ਉੱਪਰ ਮੁੰਡਾ ਕਹਿੰਦਾ ਬਰਫ ਤੇ ਲਾਤਾ ਨਾ ਫੇਰ ਮੈਂ 15 ਮਿੰਟ ਦੀ ਬ੍ਰੇਕ ਆ ਬਹੁਤ ਭੁੱਖ ਲੱਗੀ ਆ ਹੱਥ ਸਿਰਾ ਲੱਗ ਗਿਆ ਇੰਨੇ ਜ਼ਿਆਦਾ ਤੰਗ ਆ ਇੰਨੇ ਜ਼ਿਆਦਾ ਪੁੱਛੋ ਨਾ ਬਸ ਕੁਛ ਖਾ ਲਈਏ ਹੁਣ ਪਹਿਲੇ ਹਾਂਜੀ ਕਿੱਦਾਂ ਫਿਰ ਕਿੱਦਾਂ ਲੱਗੀ ਸ਼ੂਟ ਬੈਂਕ ਅਕਾਊਂਟ $516 ਲੋਨ ਚੱਲ ਰਿਹਾ ਇੰਨਾ ਅਤੇ ਪੇ ਡੇ ਅਤੇ ਇਹਦੇ ਨੈਕਸਟ ਡੇ ਸੁਪਰਵਾਈਜ਼ਰ ਪੁੱਛ ਰਿਹਾ ਕਿ ਮੈਂ ਕਿਹਨੇ ਘਰ ਛੇਤੀ ਜਾਣਾ ਗਾ ਕਹਿੰਦਾ ਮੈਂ ਨਾ ਹੋ ਗਈ ਸਾਡੀ ਵੀਰੇ ਦਾ ਫਨ ਹੋਇਆ ਗਿਆ ਅੱਜ ਮੁੰਡੇ ਨੂੰ ਲਾਇਆ ਕਹਿੰਦੇ ਬਰਫ ਕਿਸੇ ਬਰਫ 'ਚ ਹੀ ਲੱਗਿਆ ਹੋਇਆ ਮੈਂ ਟਾਈਮ ਅੱਜ ਬਰਫ 'ਤੇ ਲੱਗੇ ਵੀ ਉਰੋ ਅੱਜ ਪਤਾ ਲੱਗਿਆ ਕਹਿੰਦੇ ਕੰਮ ਵੀ ਹੁੰਦੇ ਹੈ ਕੱਲ੍ਹ ਕਹਿੰਦਾ ਸੌਖਾ ਹੀ ਬਹੁਤ ਬਹੁਤ ਸੌਖਾ ਡੱਬੇ ਚ ਕੀ ਭਾਰ ਭਾਰ ਕਿੰਨਾ ਕੁ ਬਰਫ਼ ਦਾ ਡੱਬੇ ਜਾ ਕੇ ਉੱਪਰ ਰੱਖਣੇ ਹਾਂਜੀ ਮੇਰੇ ਵੀਰੇ ਉਹ ਕਹਿੰਦੇ ਯਾਰ ਚੀਜ਼ ਮਿਲੀ ਆ ਚੀਜ਼ ਮਿਲੀ ਅੱਜ ਵੀਰ ਜੀ 11 ਵੱਜ ਗਏ ਆ ਮਿੱਤਰੋ ਕੈਨੇਡਾ ਦੇ 11 ਵੱਜ ਗਏ ਕਹਿੰਦੇ ਵੀ ਸ਼ਿਫਟ ਹੁਣ ਹੋਈ ਆ ਜਾ ਕੇ ਖਤਮ ਅਤੇ ਅੱਜ ਖਾਣ ਪੀਣ ਨੂੰ ਬਹੁਤ ਕੁਛ ਮਿਲਿਆ ਖੇ ਵਧੀਆ ਵਧੀਆ ਘੈਂਟ ਦੋ ਬੋਤਲਾਂ ਲੈ ਕੇ ਆਏ ਹਾਂ 300 ਜਣੇ ਦੋ ਬੋਤਲਾਂ ਤਿੰਨ ਹੀ ਪੈਕਟ ਲੈ ਕੇ ਆਏ ਹਾਂ ਪੈਕਟ ਕਹਿੰਦੇ ਬਹੁਤ ਫੁੱਦੂ ਨੇ ਖਾ ਕੇ ਦੇਖਾਂਗੇ ਗਰੀਬ ਬੱਚੇ ਸਾਡੇ ਘਰੇ ਬਹੁਤ ਨੇ ਉਹਨਾਂ ਨੂੰ ਖਵਾ ਦਾਂਗੇ ਇਹਨਾਂ ਨੂੰ ਖਵਾ ਦਾਂਗੇ ਹੁਣ ਆਪਾਂ ਚੱਲਦੇ ਹਾਂ ਘਰ ਨੂੰ ਇੱਥੇ ਬੱਸ ਫੜਦੇ ਹਾਂ ਜਾਂ ਵੀਰਾਂ ਨੂੰ ਲੈਣ ਵਾਸਤੇ ਆਪਾਂ ਨੂੰ ਵੇਟ ਕਰਦੇ ਹਾਂ ਆ ਗਏ ਆ ਵੀਰੇ ਹੁਣੀ ਆਪਾਂ ਨੂੰ ਲੈਣ ਵਾਸਤੇ ਮਿੱਤਰੋ ਚੁੱਕੇ ਨੇ 12 AM ਬਹੁਤ ਲੇਟ ਹੋ ਗਈ ਸ਼ਿਫਟ ਤੋਂ ਅਤੇ ਹੁਣ ਘਰ ਚੱਲਦੇ ਹਾਂ ਰੈਸਟ ਕਰਦੇ ਰੋਟੀ ਪਾਣੀ ਖਾਂਦੇ ਹਾਂ ਅਤੇ ਮਿਲਦੇ ਹਾਂ ਵਲੋਗ ਦੇ ਵਿੱਚ ਸਟੇ ਟਿਊਨਡ ਵਲੋਗ ਐਵੇਂ ਆਉਣ ਦੇ ਘੈਂਟੇ ਆਉਣ ਦੇ ਕੈਨੇਡਾ ਦੇ ਠੀਕ ਆ ਅਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੇ ਹਾਂ ਹੁਣ ਤੁਹਾਨੂੰ ਆਪਾਂ ਅਗਲੇ ਵਲੋਗ ਦੇ ਵਿੱਚ ਚੰਗਾ ਫਿਰ ਸਤਿ ਸ਼੍ਰੀ ਅਕਾਲ